प्राइम डिबेट विच तुहाडा स्वागत है। समुचे मुल्क का खेती संकट किसी तो लुकया नहीं है। इस संकट तो बाहर निकलने लई कई किस्म दियां तजवीज़ां सामने आउंदियां रहिंदियां ने। किसान मजदूरां दियां जथेबंदियां ते सरकारी अदारे कई तजवीज़ां पेश करदे ने। हुण कानून कमिशन वल्लों नवें कानून का खरड़ा तैयार किया जा रहा है। की है नवीं तजवीज़? खेती संकट की चर्चा तकरीबन दो दहाकियां तो चल रही है। इस संकट के प्रगटावे वजो कर्जे ते खुदकुशियां नूं पेश किया गया है। मंदहाली तो दुखी ते कर्जे दे बोझ हेठ टुटदे सुपनियां तो आवाजार किसानां ते मजदूरां हत्थों जिंदगी दी डोर छुट रही है। इस तबके दे बच्चे स्कूलां तो बाहर हो गए ने। बीबियां कबीलदारी दे लड़ जोड़न लई सिर तोड़ मेहनत कर रही ने। इन्हां हालात विच बंदा इलाज योग बीमारियां हत्थों भी जिंदगी दी लड़ाई हार जांदा है। उपरो भयानक बीमारियां दी मार वध रही है। पंजाब दी नरमा पट्टी विचों राजस्थान दे बीकानेर शहर नूं जांदी रेलगड्डी दा नाम कैंसर एक्सप्रेस पै गया है। इन्हां हालात विच खेती संकट नाल जोड़ के ही कानून कमिशन किसान ते खेती मजदूर भलाई सेंस दी तजवीज़ दा खरड़ा तैयार कर रहा है। इस खरड़े तहत छोटी ते दरमियानी किसानी अते खेत मजदूरां दी राहत दा इंतजाम किया जाएगा। इस तबके लिए बुढ़ेपा पेंशन सेहत बीमा ते फसल दा बीमा किया जाएगा। इन्हां भलाई योजनावां लई पैसे दा बंदोबस्त खेती दरामद उते सेस लाके किया जाएगा। दरामद हुई खेती पैदावार तो बनिया चीजां उते भी ए टैक्स लगाया जाएगा। सवाल एहो है कि किसानां दियां ज्यादातर जोतां 10 एकड़ तो छोटियां ने ते तमाम खेत मजदूर खेती संकट दी मार दा शिकार ने। खेती दरामद उते लग्या सेस इस तबके दी राहत दा किन्ना कोई इंतजाम कर सकदा है? कानून कमिशन वालों तैयार किया जा रहा खरड़ा खेती संकट उत्ते किवें असरअंदाज हो सकता है, इस सवाल उत्ते चर्चा करने लई साडे नाल स्टूडियो विच हाजर ने अमरजीत सिंह, जो कानून कमिशन दे मैंबर ने ते गलबात हेठले खरड़े नूं तैयार करन वालियां विच शामिल ने। प्रोफेसर सुचा सिंह गिल जो नामी खेती अर्थशास्त्री ने ते क्रिड दे डायरेक्टर जनरल ने। जगमोहन सिंह जो भारतीय किसान यूनियन एकता डकौंदा दे जनरल सकत्तर ने। जसपाल सिंह सिद्धू जो सीनियर पत्रकार ने। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ ਵਿੱਚ ਸਵਾਗਤ ਹੈ। ਅਮਰਜੀਤ ਜੀ, ਮੈਂ ਤੁਹਾਤੋਂ ਗੱਲਬਾਤ ਸ਼ੁਰੂ ਕਰਾਂਗਾ। ਜਦੋਂ ਇਹ ਖਰੜਾ ਤਿਆਰ ਕੀਤਾ ਜਾ ਰਿਹਾ, ਇਹਦੇ ਪੁਆਇੰਟ ਆਫ ਰੈਫਰੈਂਸ ਕੀ ਨੇ ਤੁਹਾਡੇ ਕੋਲ? ਜਸ ਅਸੀਂ ਇਸ ਕਿਸਾਨੀ ਦੀ ਜੋ ਗੰਭੀਰ ਸਮੱਸਿਆ ਹੈ ਉਸ ਦੀ ਸੀਰੀਅਸਨੈਸ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਭਾਰਤ ਦੇ ਲਾਅ ਕਮਿਸ਼ਨ ਵੱਲੋਂ ਇਸ ਦੇ ਉੱਤੇ ਸੀਰੀਅਸਲੀ ਨੋਟ ਲੈਂਦੇ ਹਾਂ ਕਿ ਇਸ ਵਾਸਤੇ ਕੋਈ ਪੱਕੇ ਤੌਰ 'ਤੇ ਇਸ ਤਰ੍ਹਾਂ ਦਾ ਲੀਗਲ ਜਿਹੜਾ ਹੈ ਪ੍ਰਬੰਧ ਕੀਤਾ ਜਾਏ ਜਿਸ ਦੇ ਨਾਲ ਇੱਕ ਸਸਟੇਨੇਬਲ ਔਰ ਲੰਬੇ ਸਮੇਂ ਤੱਕ ਜਿਹੜਾ ਇਸ ਸਮੱਸਿਆ ਦੇ ਹੱਲ ਵਾਸਤੇ ਚਿਰ ਸਥਾਈ ਅਲਟਰਨੇਟਿਵ ਅਰੇਂਜਮੈਂਟ ਕੀਤਾ ਜਾ ਸਕੇ। ਔਰ ਇਹ ਸਾਰੇ ਗੰਭੀਰਤਾ ਦੇ ਮੱਦੇਨਜ਼ਰ ਅਸੀਂ ਇੱਕ ਡਰਾਫਟ ਜਿਹੜਾ ਹੈ ਉਸ ਨੂੰ ਤਿਆਰ ਕੀਤਾ ਹੈ ਜਿਸ ਦੇ ਉੱਤੇ ਵਿਸ਼ੇਸ਼ ਤੌਰ 'ਤੇ ਅਸੀਂ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਜਿੱਥੇ ਖੇਤੀ ਸੰਕਟ 'ਚ ਉਸ ਦੀ ਸਮੱਸਿਆਵਾਂ ਨੂੰ ਨਜਿੱਠਣ ਵਾਸਤੇ ਬਹੁਤ ਸਾਰੀਆਂ ਦੂਸਰੀਆਂ ਸੰਸਥਾਵਾਂ ਆਪਣੇ ਪੱਧਰ ਦੇ ਉੱਤੇ ਜਿਹੜਾ ਆਪਣਾ ਯੋਗਦਾਨ ਕਰ ਰਹੀਆਂ ਨੇ, ਉੱਥੇ ਕਾਨੂੰਨੀ ਤੌਰ 'ਤੇ ਇਸ ਖੇਤਰ ਦੇ ਲੋਕਾਂ ਨੂੰ ਕਿਸ ਤਰ੍ਹਾਂ ਜਿਹੜੀ ਹੈ ਇੱਕ ਵੈਲਫੇਅਰ ਦੇ ਤੌਰ 'ਤੇ ਰਾਹਤ ਪਹੁੰਚਾਈ ਜਾ ਸਕਦੀ ਹੈ ਉਸ ਦੇ ਨਾਲ ਸੰਬੰਧਿਤ ਇਹ ਸਾਰਾ ਜਿਹੜਾ ਡਰਾਫਟ ਹੈ ਅਸੀਂ ਤਿਆਰ ਕੀਤਾ ਹੈ। ਹਾਂਜੀ, ਪ੍ਰੋਫੈਸਰ ਸੁੱਚਾ ਸਿੰਘ ਗਿੱਲ, ਜਿਹੜਾ ਇਸ ਕਿਸਮ ਦੀ ਤਜਵੀਜ਼ ਹੈ ਇਹ ਪੂਰੇ ਖੇਤੀ ਸੰਕਟ ਦੇ ਸਾਹਮਣੇ ਇਹ ਰੱਖ ਕੇ ਦੇਖਿਆ ਜਾਵੇ ਤਾਂ ਕੀ ਅਹਿਮੀਅਤ ਰੱਖਦੀ ਹੈ? ਦੇਖੋ, ਇਹ ਜਿਹੜੀ ਤਜਵੀਜ਼ ਹੈ ਇਹ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਸੋਸ਼ਲ ਸਿਕਿਉਰਿਟੀ ਫਾਰ ਫਾਰਮਰ ਐਂਡ ਐਗਰੀਕਲਚਰ ਲੇਬਰ, ਹਾਂਜੀ, ਉਹਨਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਦਾ ਇੱਕ ਬੜਾ ਗੰਭੀਰ ਯਤਨ ਹੈ। ਖੇਤੀ ਦਾ ਸੰਕਟ ਬੜਾ ਗੰਭੀਰ ਹੈ ਅਤੇ ਇਹ ਜਿਹੜਾ ਖਰੜਾ ਹੈ ਖੇਤੀ ਦਾ ਸੰਕਟ ਤਾਂ ਹੱਲ ਨਹੀਂ ਕਰ ਸਕਦਾ, ਲੇਕਿਨ ਸੰਕਟ ਤੋਂ ਬਾਅਦ ਜਿਹੜੀ ਉਹਦਾ ਫਾਲਆਊਟ ਦੇ ਤੌਰ 'ਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਿੱਚ ਹੱਤਿਆਵਾਂ ਆਤਮ ਹੱਤਿਆਵਾਂ ਹੋ ਰਹੀਆਂ ਨੇ ਉਹਨਾਂ ਨੂੰ ਜ਼ਰੂਰ ਰੋਕ ਸਕਦਾ ਅਤੇ ਇਹ ਉਸ ਲਾਰਜਰ ਏਜੰਡੇ ਦਾ ਹਿੱਸਾ ਹੈ ਜਿਹਦੇ 'ਚ ਅਰਜਨ ਸੇਨ ਕਮਿਸ਼ਨ ਨੇ ਪਹਿਲਾਂ ਰਿਕਮੈਂਡ ਕੀਤਾ ਸੀਗਾ ਕਿ ਹਿੰਦੁਸਤਾਨ ਦੇ ਵਿੱਚ ਜਿੰਨੇ ਗੈਰ ਰਜਿਸਟਰਡ ਗੈਰ ਸੁਰੱਖਿਅਤ ਖੇਤਰ ਦੇ ਵਿੱਚ ਕੰਮ ਕਰਦੇ ਲੋਕ ਨੇ ਜਿਸ 'ਚ ਸਾਰੇ ਕਿਸਾਨ ਅਤੇ ਸਾਰੇ ਇਹਨੂੰ ਆਪਾਂ ਗੈਰ ਜਥੇਬੰਦਕ ਵੀ ਕਹਿ ਸਕਦੇ, ਗੈਰ ਜਥੇਬੰਦਕ ਜਿਹੜੇ ਨੇ ਉਹਨਾਂ ਨੂੰ ਇਸ ਐਸਾ ਕਾਨੂੰਨ ਬਣਾਇਆ ਜਾਏ ਜਿਹਦੇ 'ਚ ਸਮਾਜਿਕ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਹਾਂਜੀ, ਲੇਕਿਨ ਜਦੋਂ ਇਹ ਖਰੜਾ ਪੇਸ਼ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ ਤੇ ਉਹਨਾਂ ਨੇ ਇਸ ਖਰੜੇ ਦੇ ਵਿੱਚੋਂ ਵੱਡੇ ਹਿੱਸੇ ਨੂੰ ਬਾਹਰ ਕੱਢ ਕੇ ਜਿਹੜੇ ਪਾਵਰਟੀ ਲਾਈਨ ਤੋਂ ਥੱਲੇ ਲੋਕ ਨੇ ਉਹਨਾਂ ਤੇ ਮਹਿਦੂਦ ਕਰ ਦਿੱਤਾ ਤੇ ਉਹਨਾਂ ਨੂੰ ਸਿਹਤ ਵਾਸਤੇ ਰਾਸ਼ਟਰੀ ਸਵਾਸਥ ਬੀਮਾ ਯੋਜਨਾ ਤਹਿਤ ਕਵਰ ਕੀਤਾ ਤੇ ਓਲਡ ਏਜ ਪੈਨਸ਼ਨ 'ਚ ਕਵਰ ਕੀਤਾ ਜਿਹੜੀ ਬੜੀ ਨਿਗੁਣੀ ਆ, 200-250 ਰੁਪਈਆ ਪ੍ਰਤੀ ਮਹੀਨਾ ਤੇ ਉਸ ਨਰਕ ਦੇ ਵਿੱਚ ਇਹਨਾਂ ਦਾ ਯਤਨ ਜਿਹੜਾ ਹੈ ਜਿਹੜਾ ਲਾਅ ਕਮਿਸ਼ਨ ਦਾ ਯਤਨ ਹੈ ਕਾਫੀ ਸ਼ਲਾਘਾਯੋਗ ਹੈ।
और मैं समझदा कि इन्हें जी एक नवी बहस शुरू की है, जरूर ये कुछ ना कुछ पॉजिटिव सिटे निकलेंगे। हाँ जी जगमोहन जी, जी सुचा सिंह गिल उन्होंने गल की है कि भी ए खेती संकट तो हल नहीं हो जाना, पर कि ना कि जिथे राहत की लड़ है उहत देगा। तुम की सोचते इस बारे? ये वैलफेयर स्कीम है जी, वैलफेयर स्कीम का कुदरती है कि जरूर ही मतलब कि ना कि सुधार जरा है वह राहत महसूस करे, घट्टो घट्ट जो गैर जथेबंधक मजदूर ने और छोटे के दरम्याने किसान ने, जिमें बैकग्राउंड क्या भी पंजाब तो घट्टो घट्ट जोत तो 10 एकड़ आँदी नहीं, जो सारी धनी किसानी कैपिटलिस्ट लैंडलॉर्ड जमीन वंड दी जाए फिर भी प्रति परिवार 10 एकड़ जमीन नहीं आँदी, अजय गिल साहब ज्यादा कहेंगे इस खेत्र मतलब कवर करने की बहुत ज्यादा सारी किसानी आ जाएगी, सारे खेत मजदूर आ जाएंगे। हाँ 80% आ जाएंगे। हाँ जी गिल साहब किन्नी किसानी आ जाएगी जदों आपां 10,000 तो 10 एकड़ तो घट वाली किसानी की गल करदे? जे ते हिंदुस्तान पद्धर ते अंकड़ा लिया जाए ते 95% किसान इहदे च कवर हो जाणगे। हाँ जी और सारे खेत मजदूर कवर होणगे। हाँ जी ते जे पंजाब पद्धर ते लिया जाए तो फिर भी साडा जिहड़ा काफी वड्डा हिस्सा किसानी दा तकरीबन 70% तो वध 60% तो वध कवर हो जाएगा। हाँ जी जो लागू होना ना तो उदो ऑपरेशनल होल्डिंग नहीं चलनी है, बहुत सारा डेटा जो लोग गल करते ऑपरेशनल होल्डिंग का। हाँ जी जो लागू होना तो फिर ओनरशिप होल्डिंग जमीन एक घर दो भाई ने तो दोनों फिर काफी वड्डा हिस्सा जो किसानी का कवर हो जाएगा। हाँ जी जसपाल जी, तुम जी इस किस्म की तजवीज है ये बारे की सोचते हैं? तजवीज अपने आप बहुत ठीक तजवीज है, कम से कम कोई भी सोशल सिक्योरिटी इस खिते किसानी छोटी किसानी ते लेबर क्लास नू खास करके एग्रीकल्चर लेबर नू दित्ती जांदी है तो बहुत वधिया गल है, इहदे च कोई दो राया नहीं। पर सवाल मैं बाद च करना चाहुंदा, पर इहदी जिहड़ी इस किस्म दे जिहड़ा इहदे लई आ उहदी इंप्लीमेंटेशन है ना जिहड़ी उस नू दी डिलीवरी सिस्टम की है किस तरीके दा इंश्योर कीता जावे, वड्डे मसले इहदे च इह आउंदे आ किसान दी किस किस्म दी निशानदेही होएगी, मजदूर दी किवें निशानदेही होएगी, फिर उहदे विच खास करके बिहार वांगू अपने भी कुछ इहो जिहे लोक आ गए जिहदे विच हेरा फेरी वाले सिस्टम तैयार कर लेंदे आ, ते उह सिस्टम दे उत्ते जिहड़े बहुत वधिया गल तां इह आ वी कानूनी लैवल दा जिहड़ा इहनां ने थोड़ा जिहा मैकेनिज़म ਕੀਤਾ ਵੀ ਕਾਨੂੰਨ ਦੇ ਲੈਵਲ ਉੱਤੇ ਅਸ਼ੋਰ ਕੀਤਾ ਜਾਵੇ, ਇਹ ਚੰਗੀ ਗੱਲ ਹੈ। ਪਰ ਕਾਨੂੰਨੀ ਜਿਹੜੇ ਜ਼ਬਤ ਹੈ ਉਸਨੂੰ ਹੋਰ ਵੀ ਸਟ੍ਰਿਕਟ ਇਸ ਤਰੀਕੇ ਨਾਲ ਬਣਾਉਣਾ ਚਾਹੀਦਾ ਤਾਂ ਕਿ ਅਸ਼ੋਰ ਹੋ ਜਾਏ ਵੀ ਇਹ ਉੱਥੇ ਡਿਲੀਵਰੀ ਹੋਏਗੀ, ਇੰਪਲੀਮੈਂਟ ਹੋਏਗਾ, ਫੰਡ ਉੱਥੇ ਪਹੁੰਚੇਗਾ। ਹਾਂਜੀ ਇਸ ਕਰਕੇ ਇਹ ਜ਼ਿਆਦਾ ਜ਼ਰੂਰੀ ਹੈ। ਅਮਰਜੀਤ ਜੀ ਜਿਹੜਾ ਇਹ ਨੁਕਤਾ, ਇਹ ਖਦਸ਼ਾ ਹਮੇਸ਼ਾ ਜਦੋਂ ਵੀ ਕੋਈ ਭਲਾਈ ਯੋਜਨਾ ਬਣਦੀ ਹੈ ਉਹ ਹੈ ਕਿ ਵੀ ਜਿਹੜਾ ਲਾਭਪਾਤਰੀ ਤੱਕ ਪਹੁੰਚੇਗਾ ਜਾਂ ਨਹੀਂ ਪਹੁੰਚੇਗਾ, ਜਿੱਥੇ ਤੱਕ ਕਿਸਾਨ ਹੈ ਉਹਦੇ ਤਾਂ ਨਾਂ ਦੇ ਉੱਤੇ ਜਿਹਦੇ ਨਾਂ 'ਤੇ ਜ਼ਮੀਨ ਹੈ ਉਹਦੇ ਹਿਸਾਬ ਨਾਲ ਤੈਅ ਹੋ ਜਾਏਗਾ ਕਿ ਇਹਦੀ ਇੰਨੀ ਜੋਤ ਹੈ ਇਹ ਲਾਭਪਾਤਰੀ ਬਣਦਾ ਜਾਂ ਨਹੀਂ ਬਣਦਾ, ਪਰ ਮਜ਼ਦੂਰ ਦੀ ਨਿਸ਼ਾਨਦੇਹੀ ਕਿਵੇਂ ਹੋਏਗੀ? जैसे सारे इन्होंने जिस तरह इन्होंने भी इस चीज़ को पॉइंट आउट किया है कि इस उत्ते विशेष तौर पर जिहड़ियां पहलियां भलाई स्कीम ने उन्होंने किस तरह नीचे जो ग्राउंड लैवल से उसकी सही ढंग दे नाल वरतों नहीं आती उन्होंने सारिया समस्यावां ध्यान च रख के ये लॉ कमीशन ने बड़ा सीरीयसली इस दे उत्ते अपना विचार किया जा रहा है और फीडबैक जिहड़ा बिल्कुल ग्राउंड लैवल से पूरे हिंदुस्तान पद्धर से इस दे उत्ते लिया जा रहा है कि किस तरह इस चीज़ को इंश्योर किया जाए कि जो बेनीफिशरीज ने जो इस दे लाभपात्र ने उन्होंने सही ढंग के नाल इसका लाभ जिहड़ा है वह मिल सके। हाँ जी सुचा सिंह गिल जी, जी अक्सर खेती संकट की जदों भी गल होंदी है किसान दा सीधी एक निशानदेही होंदी है कि यह किसान है इन्हें इन्ना पीड़ित है जां इन्हें खुदकशी की है, मजदूर के मामले दे विच अक्सर यह गल भुलेखा पाऊ रही है कि भी वह किस कारण रहा कि वह सिर्फ खेत मजदूर से वह उसारी च भी काम करता सी, सनत च भी काम करता सी, टुटमा काम कितने होर भी करता सी, उस मसले तो रहेंगे हुण भी नहीं नाम बदल के ना रख देना रूरल लेबर पेंडू मजदूर एग्रीकल्चर लेबर की बजाय रूरल लेबर कर देना चाहिए, वह भावें खेती का काम करता हो भावें कंस्ट्रक्शन काम करता हो भावें नरेगा च काम करता हो कवर हो जाए, एक गल तो मैं कहनी चाहवागा ये जी कवरेज है वह ठीक हो जाएगी। दूजा जी निशानदेही है, निशानदेही जी है वह ग्राम सभा च करनी चाहिए है और ग्राम सभा की जी जी कार्रवाई है वो वीडियोग्राफी हो तो ये काफ़ी हद तक जरा जी लूप होल ने जी गलत मलत काम है वह बाहर निकल जाएगा। तो नाल जी पेमेंट का सिस्टम है उन्होंने ठीक सुझाया है कमीशन ने कि पेमेंट जी है वो बैंक अकाउंट या पोस्ट ऑफिस अकाउंट राही की जाएगी तो ये काफ़ी कुछ जरा कवर हो जाता है। जे जिमें नरेगा वर्गी जी योजना है उन्हें आप नरेगा की लगातारता जी देख सकते हैं कि उस किस्म की यह एक नहीं नरेगा भी राइट बेस्ड है।
नरेगा एक पहला ऐसा प्रोग्राम है जिदे च राइट बेस्ड राइट टू इंपलायमेंट जिहड़ा है उहदे ते कंसेप्ट आधारित है। इस तरह यह जिहड़ा है यह भी कह रहे हैं कि खेत मजदूर होण जां जिहनूं मैं कहांगा पेंडू मजदूर होना ते जां किसान होना ਉਹਦਾ ਰਾਈਟ ਹੈ ਕਿ ਉਹਨੂੰ ਓਲਡ ਏਜ ਪੈਨਸ਼ਨ ਮਿਲੇ ਔਰ ਇਹਨਾਂ ਨੇ ਪੈਨਸ਼ਨ ਦੀ ਅਮਾਊਂਟ ਵੀ 2000 ਰੁਪਇਆ ਪ੍ਰਤੀ ਮਹੀਨਾ ਰੱਖੀ ਹੈ ਔਰ ਨਾਲ ਇਹਨਾਂ ਨੇ ਕਿਹਾ ਕਿ ਉਹਦਾ ਰਾਈਟ ਹੈ ਹੈਲਥ ਬੀਮਾ ਐਜੂਕੇਸ਼ਨ ਜਿਹੜੀ ਹੈ ਉਹਨੂੰ ਮਿਲੇ ਉਹਦੀ ਕਰਾਪ ਦੀ ਇੰਸ਼ੋਰੈਂਸ ਹੋਵੇ। ਸੋ ਇਹ ਕੁਛ ਗੱਲਾਂ ਜਿਹੜੀਆਂ ਨੇ ਇਹਦੇ ਚ ਇਨਬਿਲਟ ਨੇ ਔਰ ਇਹ ਚੰਗੀ ਗੱਲ ਹੈਗੀ ਹੈ। ਜਗਮੋਹਨ ਜੀ ਜਿਹੜੀਆਂ ਇਹ ਗੱਲਾਂ ਨੇ ਖਾਸ ਤੌਰ ਤੇ ਫਸਲ ਦਾ ਬੀਮਾ ਹੋਵੇ ਸਿਹਤ ਦਾ ਬੀਮਾ ਹੋਵੇ ਤੇ ਬੁਢੇਪਾ ਪੈਨਸ਼ਨ ਹੋਵੇ ਇਹ ਕਿੰਨੀਆਂ ਕੁ ਮਾਇਨੇ ਰੱਖਦੀਆਂ ਨੇ ਕਿਸਾਨੀ ਦੇ ਬਹੁਤ ਜ਼ਿਆਦਾ ਇਸ ਸੰਕਟ ਨੂੰ ਕਿਵੇਂ ਹੱਲ ਕੁਛ ਰਾਹਤ ਮਿਲੂ ਫਸਲ ਦੇ ਬੀਮੇ ਵਾਲੀ ਗੱਲ ਤਾਂ ਬਹੁਤ ਇੰਪੋਰਟੈਂਟ ਹੈ ਕਿਉਂਕਿ ਖਰਾਬੇ ਦੇ ਕਾਰਨ ਕੋਈ ਵੀ ਕੁਦਰਤੀ ਆਫਤ ਦੇ ਕਾਰਨ ਜਿਹੜਾ ਪਹਿਲਾ ਸੈਂਟਰ ਦਾ ਰੋਲ ਹੈ ਉਹਦੇ ਵਿੱਚ ਤਾਂ ਏਕੜ ਨੂੰ ਤਾਂ ਕਾਈ ਮੰਨਦੇ ਨਹੀਂ ਬਹੁਤ ਵੱਡੇ ਏਰੀਆ ਦੇ ਵਿੱਚ ਜੇ ਨੁਕਸਾਨ ਹੋ ਜਾਏ ਤਾਂ ਉਹ ਬਹੁਤ ਲਿਮਿਟਡ 2000 ਰੁਪਇਆ ਪ੍ਰਤੀ ਏਕੜ ਦਿੰਦੇ ਨੇ ਜਿਹੜਾ ਕਿ ਬਹੁਤ ਲਗੂਣਾ ਹੈ। ਹਾਂਜੀ 30,000 ਰੁਪਇਆ ਦੀ ਫਸਲ ਨਿਕਲਦੀ ਉਹਦੇ ਵਿੱਚ 2000 ਰੁਪਇਆ ਉਹ ਇੱਕ ਬਹੁਤ ਜ਼ਰੂਰੀ ਇੰਸ਼ੋਰੈਂਸ ਫਸਲ ਦੀ। ਦੂਜੀ ਜਿਹੜੀ ਸਿਹਤ ਵਾਲੀ ਆ ਉਹ ਤਾਂ ਹਰ ਹਾਲਤ ਵਿੱਚ ਐਡਿਡ ਹੋਣਾ ਚਾਹੀਦਾ ਨਾ ਕਿਉਂਕਿ 60 ਸਾਲ ਦੀ ਉੱਪਰ ਵਾਲੇ ਉਮਰ ਵਾਸਤੇ ਹੈਲਥ ਵਾਲਾ ਜਿਹੜਾ ਹੈ ਉਹ ਜ਼ਰੂਰ ਹੋਣਾ ਚਾਹੀਦਾ। ਦੂਜਾ 2000 ਨੂੰ 6 ਮਹੀਨੇ ਬਾਅਦ ਸਾਲ ਤੋਂ ਉੱਪਰ ਨਹੀਂ ਜਗਮੋਹਨ ਇਹ ਹੈਲਥ ਤਾਂ ਭਾਵੇਂ ਮਤਲਬ 60 ਸਾਲ ਤੋਂ ਘੱਟ ਹੈ ਉਹ ਕਵਰ ਹੋਏਗਾ ਕਵਰ ਹੋਏਗਾ ਸਾਰੀ ਚੰਗੀ ਗੱਲ ਹੈ। ਹਾਂ 60 ਸਾਲ ਤੋਂ ਉੱਪਰ ਨਹੀਂ 60 ਐਨੀ ਮੈਂਬਰ ਆਫ ਦਾ ਫੈਮਿਲੀ। ਹਾਂਜੀ ਉਹ ਠੀਕ ਕਹਿਣ ਲੱਗੇ ਇਹ 2000 ਵਾਲਾ ਜਿਹੜਾ ਰਿਵਾਈਜ਼ਡ ਹੋਣਾ ਚਾਹੀਦਾ ਘੱਟੋ ਘੱਟ ਇਹ ਚ ਇਹ ਨਹੀਂ ਮੈਂ ਕਹਿੰਦਾ ਕੋਈ ਇੰਕਰੀਮੈਂਟ ਲੱਗੇ ਪਰ ਘੱਟੋ ਘੱਟ ਜਿਹੜਾ ਮਹਿੰਗਾਈ ਪੱਤਾ ਹੈ ਜਿੰਨੀ ਮਹਿੰਗਾਈ ਵੱਧਦੀ ਹੈ 19% ਮਤਲਬ ਕੁਝ ਸਮੇਂ ਬਾਅਦ ਇਹਨੂੰ ਰਿਵਾਈਜ਼ ਕੀਤਾ 6 ਮਹੀਨੇ ਬਾਅਦ ਇਹਦੇ ਨੇ ਇਹ ਵਿਵਸਥਾ ਕੀਤੀ ਗਈ ਹੈ ਜਿਹੜਾ ਜਿਹੜਾ ਅਮਾਉਂਟ ਹੈ ਇਹ ਜਿੰਨੇ ਵੀ ਉਹਦੇ ਵੈਲਫੇਅਰ ਕੰਪੋਨੈਂਟਸ ਹੈਗੇ ਨੇ ਉਹਦੇ ਚ ਇਹ ਪੱਕੇ ਤੌਰ ਤੇ ਵਿਵਸਥਾ ਕੀਤੀ ਗਈ ਹੈ ਕਿ ਉਸ ਨੂੰ ਟਾਈਮ ਟੂ ਟਾਈਮ ਉਹਦੇ ਚ ਰਿਵੀਜ਼ਨ ਦਾ ਜਿਹੜਾ ਹੈ ਸਕੋਪ ਉਹਦੇ ਚ ਉਹ ਕਿੰਨਾ ਟਾਈਮ ਰੱਖਿਆ ਗਿਆ ਕਿ ਕਿੰਨੇ ਟਾਈਮ ਬਾਅਦ ਉਹਨੂੰ ਰਿਵਾਈਜ਼ ਕੀਤਾ ਜਾਏਗਾ ਉਹ ਅਸੀਂ ਇਸ ਢੰਗ ਦੇ ਨਾਲ ਉਸ ਦੇ ਉੱਤੇ ਵਿਚਾਰ ਕਰਕੇ ਉਸ ਨੂੰ ਅਸੀਂ ਬਿਫੋਰ ਜਦੋਂ ਤੱਕ ਅਸੀਂ ਉਹਨੂੰ ਰਿਕਮੈਂਡੇਸ਼ਨ ਤੋਂ ਪਹਿਲਾਂ ਅਸੀਂ ਆਪਣੇ ਗਰਾਊਂਡ ਲੈਵਲ ਤੇ ਅਲੱਗ-ਅਲੱਗ ਖਿੱਤੇ ਦੇ ਲੋਕਾਂ ਤੋਂ ਔਰ ਅਲੱਗ-ਅਲੱਗ ਜਿਹੜੇ ਉਸ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਤੋਂ ਫੀਡਬੈਕ ਲੈ ਕੇ ਅਸੀਂ ਉਸ ਨੂੰ ਫਾਈਨਲਾਈਜ਼ ਕਰਾਂਗੇ। ਉਹ ਤੋਂ ਬਾਅਦ ਹੀ ਇਹ ਤਹਿ ਹੋ ਪਾਏਗਾ ਕਿ ਇਹ ਕਿੰਨਾ ਉਹ ਹਾਂ ਜਿਹੜਾ ਉਹਦਾ ਪੀਰੀਅਡ ਜਿਹੜਾ ਹੈ ਜਿਹੜਾ ਇੱਕ ਬੜਾ ਸਿਸਟਮ ਹੈ। ਹਾਂਜੀ ਸਿਸਟਮ ਇਹ ਹੈ ਕਿ ਜਿਵੇਂ ਹਰ ਸਾਲ ਅਸੀਂ ਇਨਫਲੇਸ਼ਨ ਦਾ ਰੇਟ ਕਾਊਂਟ ਕਰਦੇ ਹਾਂ। ਹਾਂਜੀ ਤੋਂ ਹਰ ਸਾਲ ਇੱਕ ਡੇਟ ਮਿਥ ਲੈਣੀ ਚਾਹੀਦੀ ਆ ਜਦੋਂ ਇਹਦਾ ਰਿਵਾਈਜ਼ ਕਰਨਾ ਚਾਹੀਦਾ ਜਿੰਨਾ ਇਨਫਲੇਸ਼ਨ ਹੋਇਆ ਉਸ ਹਿਸਾਬ ਨਾਲ ਉਹਨੂੰ ਰਿਵਾਈਜ਼ ਕਰਨਾ ਚਾਹੀਦਾ ਤੇ ਇਹਨਾਂ ਨੇ ਅਮਾਊਂਟ ਜਿਹੜੀ ਫਿਕਸ ਕੀਤੀ ਆ ਉਹ 2000 ਨਹੀਂ ਹੈ ਇਹ ਜੇ ਕਿਉਂਕਿ ਇਹਨਾਂ ਨੇ ਫਾਈਨਲਾਈਜ਼ ਨਹੀਂ ਕੀਤਾ ਉਹ ਕਾਫੀ ਵੱਡੀ ਅਮਾਊਂਟ ਆ ਜਿਹਦੇ ਨਾਲ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਕਿਸਾਨ ਮਜ਼ਦੂਰੀ ਦਾ ਖਰਚਾ ਨਹੀਂ 2000 ਤੁਸੀਂ ਸਿਹਤ ਬੀਮੇ ਦੀ ਗੱਲ ਕਰ ਰਹੇ ਹੋ ਨਹੀਂ ਨਹੀਂ 2000 ਰੁਪਏ ਪੈਨਸ਼ਨ ਦੀ ਗੱਲ ਕਰ ਰਹੇ ਹਾਂ ਖਰਾਬੇ ਦੀ ਗੱਲ ਪੈਨਸ਼ਨ ਦੀ ਪਰ ਪੈਨਸ਼ਨ ਤਾਂ 2000 ਜਿਹੜਾ ਖਰਾਬੇ ਦਾ ਉਹ ਪਰ ਪ੍ਰਤੀ ਏਕੜ ਕਾਫੀ ਵੱਡੀ ਅਮਾਊਂਟ ਹੈ 20,000 ਦੀ ਰਕਮ ਤੁਸੀਂ ਕਹਿ ਰਹੇ ਹੋ ਜੇ 100% ਦੀ ਖਰਾਬਾ ਹੋਵੇ ਉਸ ਹਾਲਤ ਦੇ ਵਿੱਚ ਇਹ ਤਿੰਨ ਗੱਲਾਂ ਦਾ ਕਲੈਰੀਫਾਈ ਹੋ ਜਾਣੀ ਜਿਹੜੀਆਂ ਨੇ ਕਿ ਖਰਾਬੇ ਦੀ ਰਕਮ ਕਿੰਨੀ ਹੈ ਤੁਸੀਂ ਦੱਸ ਦਿਓ ਦੂਸਰੀ ਗੱਲ ਹੈਲਥ ਬਾਰੇ ਕੀ ਹੈ ਕ੍ਰਾਈਟੇਰੀਆ। ਹਾਂਜੀ ਇਹ ਜਿਹੜੀ ਗੱਲ ਹੈ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ ਹੁਣ ਵੇਲਾ ਹੋ ਗਿਆ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਅਸੀਂ ਇਹ ਚਰਚਾ ਜਾਰੀ ਰੱਖਾਂਗੇ।